ਗੁਰਦਾਸਪੁਰ ਤੋਂ ਬੀਜੇਪੀ ਸੀਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨੀ ਦਿਓਲ ਇੱਕ ਬਾਲੀਵੁੱਡ ਸਟਾਰ ਅਤੇ ਮੁੰਬਈ ਵਿੱਚ ਘਰ ਹੋਣ ਕਾਰਨ ਸ਼ੁਰੂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਪਰ ਸਨੀ ਦਿਓਲ ਨੇ ਕਦੀ ਵੀ ਆਪਣੇ ਵਿਰੋਧੀਆਂ ਨੂੰ ਉਲਟ ਕੇ ਜਵਾਬ ਨਹੀਂ ਦਿੱਤਾ ਅਤੇ ਚੁੱਪਚਾਪ ਆਪਣੇ ਕੰਮ ਨੂੰ ਨਪੇੜੇ ਚਾੜਨ ਨੂੰ ਹੀ ਸਦਾ ਤਰਜੀਹ ਦਿੱਤੀ ਹੈ। ਹੁਣ ਵੀ ਬਟਾਲਾ ਦੀ ਇੱਕ ਫੈਕਟਰੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਆਪਣੇ ਸਾਰੇ ਜ਼ਰੂਰੀ ਕੰਮ ਛੱਡ ਕੇ ਗੁਰਦਾਸਪੁਰ ਵਿੱਚ ਲੋਕਾਂ ਦੇ ਵਿੱਚ ਪਹੁੰਚੇ ਸਨੀ ਦਿਓਲ ਮੁੰਬਈ ਵਿੱਚ ਕਿਹੜਾ ਮੌਕਾ ਛੋੜ ਕੇ ਗੁਰਦਾਸਪੁਰ ਪਹੁੰਚੇ ਹਨ? ਜੇਕਰ ਇਹ ਗੱਲ ਤੁਹਾਨੂੰ ਦੱਸ ਦਈਏ ਤਾਂ ਵਿਰੋਧੀਆਂ ਦੇ ਮੂੰਹ ਤਾਂ ਬੰਦ ਹੋ ਹੀ ਜਾਣਗੇ, ਪਰ ਨਾਲ ਹੀ ਸਨੀ ਦਿਓਲ ਦੇ ਚਾਹਣ ਵਾਲਿਆਂ ਦੇ ਦਿਲ ਵਿੱਚ ਸਨੀ ਦਿਓਲ ਦੀ ਇੱਜ਼ਤ ਹੋਰ ਵੀ ਵੱਧ ਜਾਵੇਗੀ। ਦਰਅਸਲ ਧਮਾਕੇ ਵਾਲੇ ਦਿਨ ਤੋਂ ਅਗਲੇ ਹੀ ਦਿਨ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਪਹਿਲੀ ਹੀ ਡੈਬਿਊ ਫਿਲਮ ਪਲ ਪਲ ਦਿਲ ਕੇ ਪਾਸ ਦਾ ਟ੍ਰੇਲਰ ਜਾਰੀ ਕੀਤਾ ਜਾਣਾ ਸੀ, ਪਰ ਬਟਾਲਾ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਸਨੀ ਦਿਓਲ ਆਪਣੇ ਬੇਟੇ ਦੀ ਪਹਿਲੀ ਫਿਲਮ ਦਾ ਇੰਨਾ ਵੱਡਾ ਮੌਕਾ ਛੱਡ ਕੇ ਗੁਰਦਾਸਪੁਰ ਵਿੱਚ ਆ ਗਏ। ਉੱਧਰ ਮੁੰਬਈ ਵਿੱਚ ਜਦੋਂ ਪੱਤਰਕਾਰਾਂ ਨੇ ਕਰਨ ਦਿਓਲ ਤੋਂ ਸਨੀ ਦਿਓਲ ਦੇ ਇੱਥੇ ਨਾ ਹੋਣ ਬਾਰੇ ਪੁੱਛਿਆ ਤਾਂ ਕਰਨ ਦਾ ਕੀ ਜਵਾਬ ਸੀ ਇਹ ਤੁਸੀਂ ਖੁਦ ਹੀ ਸੁਣ ਲਵੋ। Karan, I don't know how you're feeling. Your dad isn't here today. I know it's very, very emotional because he was a complete bundle of nerves yesterday jab unko pata chala ki kal launch nahi hoga, and he is just as emotional as he is. So I don't know how you're feeling without him. Kaise lag raha hai? Because of the unfortunate accident in Gurdaspur, he's not here today, and prayer and condolences from the whole Palpal team to those families that were affected by it. And he's gone to do his duty, and he has confidence in me that I will do mine. So from here, it's my turn to push on and take lead. Always doing the right thing. That's what dad is all about. Always doing the right thing. His grandson is so good, so emotional person. Beyond. Sabka, sare jahan ka dard humare jigar mein hai, dosto. ਇਸ ਦੇ ਨਾਲ ਹੀ ਹਰਫਨਮੌਲਾ ਧਰਮਿੰਦਰ ਨੇ ਵੀ ਇਸ ਮੌਕੇ ਆਪਣੇ ਬੇਟੇ ਸਨੀ ਦਿਓਲ ਦਾ ਗੁਰਦਾਸਪੁਰ ਵਿੱਚ ਚਲੇ ਜਾਣ ਨੂੰ ਸਨੀ ਦਿਓਲ ਦੀ ਮਹਾਨਤਾ ਦੱਸਦੇ ਹੋਏ ਆਪਣੇ ਬੇਟੇ ਨੂੰ ਮਨੁੱਖਤਾ ਦਾ ਸੇਵਾਦਾਰ ਦੱਸਿਆ। ਮੇਰਾ ਬੇਟਾ ਸਨੀ, ਉਸਕੇ ਲਈ ਆਜ ਇਹ ਇੱਕ ਬਹੁਤ ਬੜਾ ਦਿਨ ਥਾ, ਲੇਕਿਨ ਉਹ ਇਸਕੋ ਛੋੜ ਕੇ ਉਨ ਮਾਂ ਬੱਚੋਂ ਕੇ ਪਾਸ ਚਲਾ ਗਿਆ ਹੈ ਜੋ ਰੋ ਰਹੇ ਹੈ, ਕੁਰਲਾ ਰਹੇ ਹੈ ਪੰਜਾਬ ਮੇ। ਤੋ ਯੇ ਇੱਕ ਅੱਛੇ ਇਨਸਾਨ ਕੀ ਨਿਸ਼ਾਨੀ ਹੈ। ਮੇਰੇ ਪਾਸ ਆਇਆ, ਪਾਪਾ ਤੁਮ ਆਪ ਸੰਭਾਲ ਲੇਗੇ, ਮੇਰੇ ਬੇਟੇ ਤੁਮ ਜਾਓ, ਮੈਂ ਸਭ ਸੰਭਾਲਤਾ ਹੂੰ ਇਧਰ। ਇੱਕ ਨਿਸ਼ਾਨੀ ਹੈ ਅੱਛੇ ਇਨਸਾਨ ਹੋਣੇ। ਦੋਸਤੋ, ਜੇਕਰ ਤੁਹਾਨੂੰ ਪੰਜਾਬ ਨਿਊਜ਼ ਉੱਤੇ ਦਿਖਾਈਆਂ ਜਾ ਰਹੀਆਂ ਖਬਰਾਂ ਅਤੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਸਾਡੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ।